ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਠੀਕ ਠਾਕ ਅੱਲਾਹ ਦੇ ਹੁਕਮ ਨਾਲ। ਅਤੇ ਅੱਜ ਦਾ ਵਲੌਗ ਕਰਦੇ ਹਾਂ ਜੀ ਸਟਾਰਟ। ਅੱਜ ਜਾ ਰਹੇ ਖਾਰੀਏ, ਅੱਗੇ ਦੋ ਤਿੰਨ ਦਿਨ ਜਿਹੜਾ ਅਤਵਾਲ ਚੌਂਕੀ 'ਤੇ ਜਾਂਦੇ ਰਹੇ ਹਾਂ ਅਤੇ ਅੱਜ ਖਾਰੀਏ ਦੀ ਲਿਖਵਾਰੀ ਹੈ। ਅਤੇ ਅੱਜ ਆ ਰਹੇ ਹਾਂ ਜੀ ਖਾਰੀਏ ਅਤੇ ਸਾਡੇ ਨਾਲ ਜੁੜੇ ਰਹਿਣਾ। ਤੁਹਾਨੂੰ ਵਿਖਾਉਂਦੇ ਹਾਂ ਕਿ ਅੱਜ ਖਾਰੀਏ ਜਿਹੜੀ ਲਿਖਵਾਰੀ ਹੈ ਉਹ ਕੀ ਮੁੱਕਦਾ। ਸਾਡਾ ਉੱਥੇ ਛੋਟੀ ਜਿਹੀ ਇੱਕ ਭੰਡੀ ਬਣੀ ਸੀ ਅਤੇ ਉਹਦੀ ਦਰਖਾਸਤ ਹੋਈ ਹੈ। ਜਿਹੜੀ ਮਦਈ ਪਾਲਟੀ ਉਹ ਪਰਚਾ ਕਟਾਉਂਦੇ ਨੇ, ਲੇਕਿਨ ਅਸੀਂ ਪਰਚਾ ਆਈਏ ਤੜੀ ਰੋਕੇ ਹੈ। ਅਤੇ ਅੱਜ ਫਿਰ ਖਾਰੀਏ ਨਿਕਵਾਰੀ ਚੌਂਕੀ ਤੋਂ ਨਾ ਚਾਹ ਕੇ ਅਤੇ ਖਾਰੀਆਂ ਪੇਸ਼ ਹੋ ਗਏ ਨੇ ਅਤੇ ਅਸੀਂ ਜਾ ਰਹੇ ਅੱਜ ਖਾਰੀਏ ਅਤੇ ਵੇਖਦੇ ਹਾਂ ਖਾਰੀਏ ਕੀ ਬਣਦਾ ਅੱਜ ਜੀ। ਤਾਂ ਦੋਸਤੋ ਅਸੀਂ ਆ ਕੇ ਜੇ ਪੈਟਰੋਲ ਪੰਪ 'ਤੇ ਇੱਥੇ ਤੇਲ ਪਵਾ ਲਿਆ ਗੱਡੀ 'ਚ ਅਤੇ ਤੇਲ ਪਵਾ ਕੇ ਅਤੇ ਫਿਰ ਜਾਂਦੇ ਹਾਂ ਖਾਰੀਏ। ਡਿੰਗੇ ਤੂੰ ਖਾਰੀਏ ਰੋਡ 'ਤੇ ਨਿਕਲਦੇ ਹਾਂ ਸਾਲ ਹੀ ਅੱਗੇ ਪੈਟਰੋਲ ਪੰਪ ਹੈ ਅਲੀ ਪੈਟਰੋਲੀਅਮ, ਉੱਥੋਂ ਤੇਲ ਪਵਾ ਰਹੇ ਹਾਂ ਅਸੀਂ ਅਤੇ ਉਮਰ ਸਾਹਿਬ ਹਰੀ ਬੈਠੇ ਨੇ ਗੱਡੀ 'ਚ। ਮੈਂ ਕਿਹਾ ਤੇਲ ਪਵਾ ਲਈਏ ਕਿਉਂਕਿ ਰਾਹ 'ਚ ਫਿਰ ਵੀ ਤਾਂ ਖਲੋ ਕੇ ਤੇਲ ਕਿਧਰੇ ਪਵਾਉਣਾ ਅਤੇ ਚਲੋ ਇੱਥੋਂ ਨਿਕਲਦੇ ਹਾਂ ਸਾਲ ਹੀ ਪਵਾ ਲਈਏ, ਕਿਉਂਕਿ ਤੇਲ ਪਾਣੀ ਹੈ ਜਿਹੜਾ ਗੱਡੀ ਦਾ ਉਹ ਚੈੱਕ ਸਹੀ ਸਫ਼ਰ ਨਿਕਲਦੇ ਹਾਂ ਸਾਲ ਨਾਲ ਹੀ ਪਵਾਉਣਾ ਚਾਹੀਦਾ। ਅਤੇ ਅਸੀਂ ਹੁਣ ਪਹੁੰਚਣ ਲਏ ਜੇ ਸਦਰ ਥਾਣੀਏ ਖਾਰੀਏ, ਸਦਰ ਥਾਣਾ ਖਾਰੀਏ। ਅਤੇ ਇੱਥੇ ਟੀਮ ਸਾਡੀ ਸਾਰੀ ਬੈਠੀ ਹੈ ਜੀ। ਕੋਈ ਢੋਲੇ ਦੇ ਨੇ ਬੰਦੇ, ਕੋਈ ਸੁਖਚੈਨੇ ਦੇ ਨੇ, ਚੌਧਰੀ ਅਜ਼ੀਮ ਗੁੱਜਰ ਆਫ ਸੁਖਚੈਨਾ, ਅਤੇ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਵੀ। ਬਾਕੀ ਕਹਿ ਰਹੇ ਨੇ ਕਿ ਬੰਦੇ ਸਾਡੇ ਜਿਹੜੇ ਨੇ ਅੰਦਰ ਗਏ ਨੇ ਥਾਣੇ, ਕਿਉਂਕਿ ਐਸ ਐਚ ਓ ਜਿਹੜਾ ਜਾਂ ਥਾਣੇਦਾਰ ਜਿਹੜਾ ਥਾਣੇ ਦਾ ਉਹਨੇ ਆਖਿਆ ਕਿ ਪੰਜ ਪੰਜ ਬੰਦੇ ਦੋ ਸਾਈਡਾਂ 'ਤੇ ਆ ਜਾਓ। ਹੁਣ ਪੰਜ ਬੰਦੇ ਸਾਡੇ ਗਏ ਨੇ ਅਤੇ ਪੰਜ ਉਹਨਾਂ ਦੇ ਗਏ ਨੇ। ਮਦਈ ਪਾਲਟੀ, ਮਦਈ ਪਾਲਟੀ ਹੈ ਜਿਹੜੀ ਉਹ ਪਰਚਾ ਕਟਾਉਂਦੇ ਨੇ, ਉਹ ਕਹਿੰਦੇ ਨੇ ਕਿ ਪਰਚਾ ਕੱਟੋ, ਲੇਕਿਨ ਅਸੀਂ ਪਰਚਾ ਹੀ ਉਹਨਾਂ ਦਾ ਡੱਕੇ ਹੈ ਜੀ। ਤਾਂ ਦੋਸਤੋ ਇੱਥੇ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ। ਮਦਈਆਂ ਪਾਲਟੀਆਂ ਨੇ ਬੜਾ ਹੀ ਚਾਰਾ ਲਾਇਆ ਪਰਚਾ ਕਟਾਉਣ ਦਾ, ਬੜੇ ਰੋਏ ਧੋਏ ਨੇ, ਲੇਕਿਨ ਅਲਹਮਦੁਲਿਲਾ ਅਲਹਮਦੁਲਿਲਾ ਅਸੀਂ ਉਹਨਾਂ ਦਾ ਪੂਰਾ ਜਿਹੜਾ ਮੁਕਾਬਲਾ ਕੀਤਾ, ਅਸੀਂ ਪਰਚਾ ਨਹੀਂ ਆਉਣ ਦਿੱਤਾ। ਅਤੇ ਅਸੀਂ ਹੁਣ ਆ ਕੇ ਜੇ ਬਾਹਰ, ਗੱਡੀਆਂ ਬਹੁਤ ਗਰਮ ਹੋਈਆਂ, ਅਸੀਂ ਧੁੱਪੇ ਖਲੋਤੀ ਹੋਈਆਂ, ਗੱਡੀਆਂ ਦੇ ਦਰਵਾਜ਼ੇ ਖੋਲ੍ਹ ਕੇ ਸਟਾਰਟ ਕੀਤੀਆਂ ਨੇ ਅਤੇ ਇੱਥੋਂ ਜਾਂਦੇ ਹਾਂ ਅਸੀਂ ਜੇ ਅਸੀਂ ਆਪਣੇ ਪਿੰਡ। ਨਿੰਬੂ ਪਾਣੀ ਮਾਸ਼ਾਅੱਲਾ। ਅੱਛਾ ਨਾਲੋ ਨਾਲ ਬਣਾਉਂਦੇ ਹੋ ਹੈਂ? ਤਾਜ਼ਾ ਆ ਜਾਓ ਬਾਹਰ ਹੀ। ਮੈਂ ਕਿਹਾ ਤੁਹਾਨੂੰ ਪਿਆਲੀਏ ਨਾ ਪਾਣੀ, ਤੁਸੀਂ ਤਾਂ ਰੋਟੀ ਖਵਾਲਣੀ ਕੋ ਨਹੀਂ, ਅਸੀਂ ਪਾਣੀ ਆ ਕੇ ਤੁਹਾਨੂੰ ਪਿਆਲ ਦੇ। ਕਿਹਦੇ ਮਹਿਮਾਨ ਕਿਹਦੇ ਹੋ? ਅਸੀਂ ਰੋਟੀ ਦੀ ਗੱਲ ਕੀਤੀ, ਗੋਸ਼ਤ ਦਾ ਕੋ ਆਖਿਆ? ਅਸੀਂ ਗੋਸ਼ਤ ਦਾ ਕੋ ਨਹੀਂ ਤੁਹਾਨੂੰ ਆਖਿਆ ਸਰਕਾਰ, ਅਸੀਂ ਆਖਿਆ ਰੋਟੀ। ਜੀ ਤਾਂ ਦੋਸਤੋ ਖਾਰੀਆਂ ਤੋਂ ਵਾਪਸੀ ਆਉਂਦਿਆਂ ਗੱਡੀ ਦੀ ਬ੍ਰੇਕ ਦਾ ਥੋੜਾ ਮਸਲਾ ਬਣ ਗਿਆ ਸੀ ਤੇ ਅਸੀਂ ਪਹੁੰਚ ਗਏ ਵਰਕਸ਼ਾਪ। ਇੱਥੇ ਆ ਕੇ ਗੱਡੀ ਚੈੱਕ ਕਰਾਈ, ਮਿਸਤਰੀ ਕਹਿੰਦਾ ਜੀ ਤਵਾ ਡਿੰਗਾ ਹੋਇਆ, ਤਵੇ ਚੇਂਜ ਕਰਾਉਣੇ ਪੈਣੇ ਨੇ ਕਿਉਂਕਿ ਇਹਨਾਂ 'ਤੇ ਟੂਲ ਵੀ ਨਹੀਂ ਲੱਗਣਾ, ਖਤਮ ਹੋਏ ਨੇ ਤਵੇ ਜਿਹੜੇ ਨੇ ਨਵੇਂ ਪਾਉਣੇ ਨੇ। ਅਸੀਂ ਗੱਡੀ ਦਿੱਤੀ ਇੱਥੇ ਅਤੇ ਅਸੀਂ ਹੁਣ ਚੱਲੇ ਹਾਂ ਇੱਕ ਸ਼ਾਦੀ 'ਤੇ, ਅਤੇ ਸ਼ਾਦੀ 'ਤੇ ਅਸੀਂ ਆ ਗਏ ਜੀ ਹੋਟਲ 'ਚ। ਇੱਥੇ ਮਿਲ ਪਿਆ ਜੀ ਮੋਛਾ ਅਤੇ ਉਸਤਾਦ ਜ਼ੈਦੀ ਫਲਕ ਸ਼ੇਰ ਅਤੇ ਮੈਂ ਅਤੇ ਆਜੀ ਸਾਹਿਬ ਵਾਰੀ ਵੀ ਆ ਰਹੇ ਨੇ। ਅਤੇ ਇਹ ਸ਼ਾਦੀ ਹਾਲ ਹੈ ਜੀ, ਮੱਕਾ ਮੈਰਿਜ ਹਾਲ। ਅੱਜ ਦਾ ਵਲੌਗ ਕਰਦੇ ਹਾਂ ਜੀ ਖਤਮ। ਹੱਸਦੇ ਰਹੋ, ਵਸਦੇ ਰਹੋ, ਨਿੱਕਿਆਂ ਨੂੰ ਗੱਲਾਂ ਦੱਸਦੇ ਰਹੋ।